ਜਦੋਂ ਬੁਲਟ ਅੰਬਰ ਸਰੋਂ ਲੈਂਦੇ ਵੱਲ ਜਾਂਦਾ ਪਾਉਂਦਾ ਬੋਲੀਆਂ ਹਵਾ ਚ ਉਹਦਾ ਉੱਡਦਾ ਪਰਾਂਦਾ ਨਾਮ ਹੁੰਦਲ ਦਾ ਹੁੰਦਾ ਉਹਦੇ ਗੁੱਟ ਤੇ ਤੇ ਮੇਰੀ ਡਾਂਗ ਵਿੱਚ ਕੋਕੇ ਉਹਦੇ ਪਿਆਰ ਦੇ ਜੰਜਾ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਅੱਗੇ ਚੰਡੀਗੜ੍ਹ ਗੇੜੀਆਂ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਲਾਈਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਅਮਰਿੰਦਰ ਗਿੱਲ ਪੰਜਾਬ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ। ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਅੰਮ੍ਰਿਤਸਰ ਦੇ ਪਿੰਡ ਬੋਰਚੰਦ ਵਿਖੇ ਹੋਇਆ। ਅਮਰਿੰਦਰ ਗਿੱਲ ਨੇ ਆਪਣੀ ਐਗਰੀਕਲਚਰ ਸਾਇੰਸ ਦੀ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਵਿਦਿਆਰਥੀ ਰਹਿ ਚੁੱਕੇ ਹਨ। ਅਮਰਿੰਦਰ ਗਿੱਲ ਆਪਣੇ ਕਾਲਜ ਵਿੱਚ ਪਹਿਲਾਂ ਤੋਂ ਹੀ ਭੰਗੜਾ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਰਹਿੰਦੇ ਸਨ। ਆਪਣੀ ਪੜ੍ਹਾਈ ਤੋਂ ਬਾਅਦ ਅਮਰਿੰਦਰ ਗਿੱਲ ਨੇ ਫਿਰੋਜ਼ਪੁਰ ਸੈਂਟਰਲ ਬੈਂਕ ਵਿੱਚ ਮੈਨੇਜਰ ਦੇ ਤੌਰ 'ਤੇ ਵੀ ਨੌਕਰੀ ਕੀਤੀ। ਨੌਕਰੀ ਦੌਰਾਨ ਅਮਰਿੰਦਰ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਆਪਣਾ ਪਹਿਲਾ ਗਾਣਾ ਜਲੰਧਰ ਦੂਰਦਰਸ਼ਨ ਦੇ ਕਾਲਾ ਡੋਰੀਆ ਤੋਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕਈ ਗਾਣੇ ਰਿਲੀਜ਼ ਕੀਤੇ ਜਿਨ੍ਹਾਂ ਵਿੱਚ ਉਹਨਾਂ ਦੇ ਕਈ ਗਾਣੇ ਮਸ਼ਹੂਰ ਹੋਏ ਜਿਵੇਂ ਕਿ ਦਾਰੂ ਮਧਾਣੀਆਂ, ਖੇਡਣ ਦੇ ਦਿਨ 4। ਉਹਨਾਂ ਦੀਆਂ ਸਾਰੀਆਂ ਐਲਬਮਸ ਵਿੱਚੋਂ 2012 ਵਿੱਚ ਆਈ ਐਲਬਮ ਜੁਦਾ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ। ਜੁਦਾ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਜੁਦਾ ਤੂੰ ਐਲਬਮ ਦਰਸ਼ਕਾਂ ਅੱਗੇ ਪੇਸ਼ ਕੀਤੀ। ਇਸ ਤੋਂ ਬਾਅਦ ਅਮਰਿੰਦਰ ਗਿੱਲ ਬਹੁਤ ਜ਼ਿਆਦਾ ਹਿੱਟ ਹੋ ਗਏ ਅਤੇ ਉਹਨਾਂ ਨੇ ਆਪਣੀ ਪਹਿਲੀ ਫਿਲਮ ਮੁੰਡੇ ਯੂਕੇ ਦੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੀਤੀ। ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਗੋਰਿਆਂ ਨੂੰ ਦਫਾ ਕਰੋ ਲਾਹੌਰੀਓ ਵਿੱਚ ਉਹਨਾਂ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ। ਸੋਹਣਾ ਸਿੰਗਰ ਹੈ, ਸੁਭਾਅ ਦਾ ਵੀ ਬਹੁਤ ਸੋਹਣਾ ਹੈ। ਕੌਣ ਹੋ ਸਕਦਾ? ਅਮਰਿੰਦਰ ਗਿੱਲ। ਸਾਰੇ ਜਣੇ ਜ਼ੋਰਦਾਰ ਤਾੜੀਆਂ ਮਾਰ ਦੋ ਜੀ। ਸਾਡੇ ਇੰਡਸਟਰੀ ਦਾ ਬੈਸਟ ਐਕਟਰ ਸਾਡਾ ਭਰਾ ਅੱਜ ਅਵਾਰਡ ਵਿਨ ਕੀਤਾ ਵੀਰ ਨੇ, ਤੇ ਸਰਦਾਰ ਸੋਹੀ ਸਾਹਿਬ ਦੇ ਹੱਥੋਂ ਜ਼ੋਰਦਾਰ ਤਾੜੀ ਕਰੀ ਅਮਰਿੰਦਰ ਗਿੱਲ ਵੀਰ ਵਾਸਤੇ। ਅਮਰਿੰਦਰ ਗਿੱਲ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ ਅਸ਼ਕੇ ਨੂੰ ਵੀ ਦਰਸ਼ਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਇਸ ਫਿਲਮ ਵਿੱਚ ਕੋਈ ਪ੍ਰਮੋਸ਼ਨ ਨਹੀਂ ਕੀਤੀ ਗਈ। ਅਸ਼ਕੇ ਫਿਲਮ ਦਾ ਟ੍ਰੇਲਰ ਵੀ ਫਿਲਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਹੀ ਪਹਿਲਾਂ ਲਾਂਚ ਕੀਤਾ ਗਿਆ ਸੀ ਅਤੇ ਅੱਜ ਫਿਰ ਵੀ ਇਸ ਦੇ ਸਾਰੇ ਸ਼ੋਅ ਹਾਊਸਫੁੱਲ ਹੋ ਰਹੇ ਹਨ। ਇੱਕ ਮੈਂ ਨਾ ਉਸਕਾ ਮਾਮਾ ਹੂੰ ਮੈਂ। ਵੈਸੇ ਇਲਾਕਾ ਕਿਹੜਾ ਆਪਣਾ? ਤਰਨ ਤਾਰਨ। ਫਿਰ ਆਪਾਂ ਪੰਜਾਬੀ ਤੇ ਨਾ ਆ ਜਾਈਏ। ਲੈ ਮੈਂ ਤੇ ਐਵੇਂ ਭੁਲੇਖੇ ਜੀਂਦੀ ਨਾ ਗੁੱਥੋਂ ਗੁੱਥਾ ਹੋਣ ਡਿਆ। ਦਾਲ ਬੜੀ ਘੈਂਟ ਬਣੀ। ਦਾਲ ਤੇ ਤਾਂ ਮੈਂ ਵੱਟ ਕੱਢ ਦਿੰਦੀ ਹਾਂ। ਮੇਰੇ ਡੈਡੀ ਵੀ ਇਹੋ ਜਿਹੀ ਦਾਲ ਬਣਾਉਂਦੇ ਹੁੰਦੇ। ਆਹ ਇੱਥੇ ਆ ਕਿਸੇ ਅਜਿਹਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਪਹਿਲੀ ਵਾਰ ਹੋਇਆ ਹੈ। ਅੱਜ ਉਹਨਾਂ ਦੀ ਸਾਲਾਨਾ ਕਮਾਈ $4 ਮਿਲੀਅਨ ਦੇ ਕਰੀਬ ਹੈ ਅਤੇ ਉਹਨਾਂ ਕੋਲ ਨੈਕਸਾ, ਬਲੈਨੋ, ਸ਼ੈਵਰਲੈਟ, ਸਪਾਰਕ ਵਰਗੀਆਂ ਕਾਰਾਂ ਵੀ। ਉਹਨਾਂ ਦਾ ਚੰਡੀਗੜ੍ਹ ਵਿੱਚ ਘਰ ਵੀ ਹੈ ਪਰ ਉਹ ਕਨੇਡਾ ਸਨੀ ਵਿੱਚ ਆਪਣੀ ਵਾਈਫ ਸੁਨੀਤ ਗਿੱਲ ਅਤੇ 2 ਬੱਚਿਆਂ ਨਾਲ ਰਹਿੰਦੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਦਿਨ ਦੁੱਗਣੀ ਰਾਤ ਚੁੱਗਣੀ ਇਸ ਤਰ੍ਹਾਂ ਤਰੱਕੀ ਕਰਦੇ ਰਹਿਣ। ਜੇ ਤੁਸੀਂ ਵੀ ਅਮਰਿੰਦਰ ਗਿੱਲ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਉਹ ਕਿਹੋ ਜਿਹੇ ਲੱਗਦੇ ਹਨ ਅਤੇ ਤੁਹਾਨੂੰ ਉਹਨਾਂ ਦੀ ਨਵੀਂ ਮੂਵੀ ਕਿਵੇਂ ਲੱਗੀ। ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਬਾਇਓਗ੍ਰਾਫੀ ਸਕਸੈਸ ਸਟੋਰੀਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਘੰਟੀ ਵਾਲੇ ਬਟਨ 'ਤੇ ਕਲਿੱਕ ਕਰਨਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਕਰੀਨ ਉੱਪਰ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ। ਧੰਨਵਾਦ।